ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਦ ਵੀ ਅਸੀਂ ਦਰਬਾਰ ਸਾਹਿਬ ਅੰਮ੍ਰਿਤਸਰ ਜਾਂਦੇ ਹਾਂ ਤਾਂ ਪਰਿਕਰਮਿਆਂ ਦੇ ਵਿੱਚ ਅਸੀਂ 3 ਰੁੱਖ ਬੇਰੀ ਸਾਹਿਬ ਦੇ ਦੇਖਦੇ ਹਾਂ, ਪਰ ਕੀ ਹੈ ਇਤਿਹਾਸ ਉਹਨਾਂ ਬੇਰੀਆਂ ਦਾ, ਇਸ ਗੱਲ ਦੀ ਜਾਣਕਾਰੀ ਸਾਨੂੰ ਬਹੁਤ ਘੱਟ ਲੋਕਾਂ ਨੂੰ ਹੈ। ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿੱਚ ਅੰਮ੍ਰਿਤ ਸਰੋਵਰ ਦੀ ਥਾਂ ਇੱਕ ਛੱਪੜ ਸੀ, ਜਿਸ ਦੇ 4 ਚਫੇਰੇ ਇੱਕ ਸੰਘਣੀ ਝੀੜੀ ਸੀ। ਉਸ ਵਿੱਚ ਬੇਰੀ ਦੇ ਬਹੁਤ ਰੁੱਖ ਸਨ। ਉਹਨਾਂ ਬੇਰੀਆਂ 'ਚੋਂ 3 ਬੇਰੀਆਂ ਦੇ ਬੂਟੇ ਸ਼੍ਰੀ ਹਰਿਮੰਦਰ ਸਾਹਿਬ ਦੇ ਨਾਲ ਕੁਛ ਇਤਿਹਾਸ ਨੂੰ ਸਾਂਭੀ ਬੈਠੇ ਹਨ। ਅੱਜ ਦੀ ਵੀਡੀਓ ਰਾਹੀਂ ਅਸੀਂ ਤੁਹਾਨੂੰ ਇਹਨਾਂ ਬੇਰੀਆਂ ਦੇ ਇਤਿਹਾਸ ਦੀ ਜਾਣਕਾਰੀ ਦੇਵਾਂਗੇ। ਪਹਿਲੀ, ਦੁੱਖ ਭੰਜਨੀ ਬੇਰ ਸਾਹਿਬ। ਇਹ ਬੇਰੀ ਸ਼੍ਰੀ ਹਰਿਮੰਦਰ ਸਾਹਿਬ ਦੇ ਉੱਤਰ ਵੱਲ ਪਰਿਕਰਮਾ ਵਿੱਚ ਵਿਰਧ ਅਵਸਥਾ ਵਿੱਚ ਖੜੀ ਹੈ। ਸੰਗਤ ਦਾ ਵਿਸ਼ਵਾਸ ਹੈ ਕਿ ਇਸ ਦੇ ਥੱਲੇ ਇਸ਼ਨਾਨ ਕੀਤਿਆਂ ਹਰ ਤਰ੍ਹਾਂ ਦੇ ਦੁੱਖਾਂ ਦਾ ਨਾਸ਼ ਹੁੰਦਾ ਹੈ। ਬੇਰੀ ਦਾ ਅਸਥਾਨ ਬੀਬੀ ਰਜਨੀ ਦੇ ਇਤਿਹਾਸ ਨਾਲ ਜੁੜਿਆ ਹੋਇਆ ਹੈ, ਜਿਸਦਾ ਪਿੰਗਲਾ ਪਤੀ ਇਸ ਬੇਰੀ ਥੱਲੇ ਇਸ਼ਨਾਨ ਕਰਕੇ ਤੰਦਰੁਸਤ ਹੋ ਗਿਆ ਸੀ। ਦੂਜੀ ਬੇਰੀ, ਬੇਰ ਸਾਹਿਬ ਬਾਬਾ ਬੁੱਢਾ ਜੀ। ਇਹ ਬੇਰ ਸ਼੍ਰੀ ਦਰਬਾਰ ਸਾਹਿਬ ਦੇ ਮੁੱਖ ਦੁਆਰ ਵੱਲ ਪਰਿਕਰਮਾ ਵਿੱਚ ਆਪਣੇ 500 ਸਾਲ ਦੀ ਉਮਰ ਤੇ ਬੁਢਾਪੇ ਵਿੱਚ ਕੁਛ ਖਾਸ ਢੰਗ ਨਾਲ ਦਿੱਤੇ ਸਹਾਰਿਆਂ ਤੇ ਖੜੀ ਹੈ। ਇਸ ਦੀ ਛਾਂ ਹੇਠ ਬਾਬਾ ਬੁੱਢਾ ਜੀ ਸਰੋਵਰ ਤੇ ਸ਼੍ਰੀ ਹਰਿਮੰਦਰ ਸਾਹਿਬ ਦੀ ਕਾਰ ਸੇਵਾ ਵੇਲੇ ਬੈਠਿਆ ਕਰਦੇ ਸਨ। ਤੀਜੀ ਬੇਰੀ, ਅਲੈਚੀ ਬੇਰ ਸਾਹਿਬ। ਇਹ ਬੇਰ ਦਰਸ਼ਨੀ ਡਿਓੜੀ ਦੇ ਕੋਲ ਪਰਿਕਰਮਾ ਵਿੱਚ ਹੈ, ਜਿਸ ਨੂੰ ਬਲੂ ਸਟਾਰ ਕੱਲੂਘਾਰੇ ਵਿੱਚ ਟੈਂਕਾਂ ਦੇ ਗੋਲਿਆਂ ਨਾਲ ਨੁਕਸਾਨ ਪਹੁੰਚਾਇਆ ਗਿਆ ਸੀ। ਕਿਹਾ ਜਾਂਦਾ ਹੈ ਕਿ ਸਰੋਵਰ ਤੇ ਸ਼੍ਰੀ ਹਰਿਮੰਦਰ ਸਾਹਿਬ ਦੀ ਕਾਰ ਸੇਵਾ ਸਮੇਂ ਸ਼੍ਰੀ ਗੁਰੂ ਅਰਜਨ ਦੇਵ ਜੀ ਤੇ ਉਹਨਾਂ ਦੇ ਸ਼ਰਧਾਲੂ ਸਿੱਖ ਭਾਈ ਸਾਲੋ ਜੀ ਇਸ ਬੇਰੀ ਥੱਲੇ ਬੈਠਦੇ ਸੀ। ਇਸ ਨਾਲ ਹੀ ਭਾਈ ਮਹਿਤਾਬ ਸਿੰਘ ਤੇ ਭਾਈ ਸੁੱਖਾ ਸਿੰਘ ਨੇ ਮੱਸੇ ਰੰਗੜ ਦਾ ਸਿਰ ਵੱਢਣ ਵੇਲੇ ਆਪਣਾ ਘੋੜਾ ਇਸ ਬੇਰੀ ਨਾਲ ਬੰਨਿਆ ਸੀ। ਅੱਜ ਦੀ ਇਹ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ, ਆਪਣੀ ਰਾਏ ਕਮੈਂਟ ਕਰਕੇ ਜ਼ਰੂਰ ਦੱਸਣਾ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।